ਸਤਿ ਸ਼੍ਰੀ ਅਕਾਲ ਦੋਸਤੋ, ਸਾਡੇ ਚੈਨਲ ਉਸਤਾਦ ਬੰਦੇ ਤੇ ਤੁਹਾਡਾ ਸਵਾਗਤ ਹੈ। ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਉੱਭਰਦੇ ਹੋਏ ਕਲਾਕਾਰ ਕਾਕਾ ਬਾਰੇ। ਦੋਸਤੋ, ਕਾਕਾ ਥੋੜ੍ਹੇ ਹੀ ਦਿਨਾਂ ਵਿੱਚ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨ ਲੱਗ ਪਿਆ ਹੈ। ਕਾਕੇ ਦੇ ਕਹਿ ਲੈਣ ਦੇ ਸੌਂਗ ਨੂੰ ਯੂਟਿਊਬ ਤੇ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸੇ ਗਾਣੇ ਕਰਕੇ ਕਾਕੇ ਦੀ ਜਾਣ ਪਹਿਚਾਣ ਲੋਕਾਂ ਵਿੱਚ ਵੱਧ ਗਈ ਹੈ। ਅਗਰ ਦੇਖਿਆ ਜਾਵੇ ਤੇ ਬਹੁਤ ਹੀ ਘੱਟ ਸਮੇਂ ਵਿੱਚ ਕਾਕੇ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਦਿਖਾਈ ਦੇ ਰਹੀ ਹੈ। ਦੋਸਤੋ, ਦੱਸ ਦਈਏ ਕਿ ਕਾਕੇ ਬਾਰੇ ਕਈ ਅਫਵਾਹਾਂ ਇਸ ਸਮੇਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਾਕਾ ਸਿਰਫ 5ਵੀਂ ਪੜਿਆ ਹੋਇਆ ਹੈ ਅਤੇ ਇੱਕ ਆਟੋ ਡਰਾਈਵਰ ਦਾ ਕੰਮ ਕਰਦਾ ਹੈ। ਅਗਰ ਸੱਚ ਦੱਸੀਏ ਤਾਂ ਇਹ ਖਬਰਾਂ ਝੂਠੀਆਂ ਨੇ। ਤੁਹਾਨੂੰ ਦੱਸ ਦਈਏ ਕਿ ਸਿੰਗਰ ਕਾਕੇ ਨੇ ਮਕੈਨੀਕਲ ਇੰਜੀਨੀਅਰ ਵਿੱਚ ਬੀਟੈਕ ਦੀ ਪੜ੍ਹਾਈ ਪੂਰੀ ਕੀਤੀ ਹੋਈ ਹੈ। ਕਾਕੇ ਦਾ ਜਨਮ ਪਿੰਡ ਮਾਜਰਾ ਜ਼ਿਲ੍ਹਾ ਪਟਿਆਲਾ ਵਿੱਚ ਹੋਇਆ ਹੈ। ਕਾਕੇ ਨੂੰ ਸ਼ੁਰੂ ਤੋਂ ਹੀ ਗਾਉਣ ਦਾ ਅਤੇ ਲਿਖਣ ਦਾ ਕਾਫੀ ਸ਼ੌਂਕ ਸੀ। ਕਾਕਾ ਅਕਸਰ ਆਪਣੇ ਸਕੂਲ ਕਾਲਜ ਵਿੱਚ ਹੋਣ ਵਾਲੇ ਐਨੂਅਲ ਫੰਕਸ਼ਨ ਵਿੱਚ ਗਾਣਾ ਗਾਇਆ ਕਰਦਾ ਸੀ। ਹੋ ਨੀਲੇ ਨੀਲੇ ਸੂਟ ਵਾਲੀਏ, ਬੱਸ ਨੂੰ ਉਡੀਕਦੀਆਂ ਕਿਉਂ? ਨੀਲੇ ਨੀਲੇ ਸੂਟ ਵਾਲੀਏ, ਬੱਸ ਨੂੰ ਉਡੀਕਦੀਆਂ ਕਿਉਂ? ਆਫਿਸ ਨੂੰ ਚੱਲ ਮੇਰੇ ਨਾਲ, ਬੱਸ ਚ ਹੋ ਜਾਏਂਗੀ ਲੇਟ ਤੂੰ। ਦੇਖ ਮੇਰੇ ਰੰਗ ਵਾਲੇ ਬੱਦਲਾਂ ਨੇ ਤੇਰੇ ਰੰਗ ਵਾਲੇ ਸੂਰਜ ਨੂੰ ਜੱਫੀ ਪਾ ਲਈ। ਨੱਕ ਜਾ ਚੜਾਉਣੀ ਐ ਤੇ ਓੜੀਆਂ ਤੂੰ ਪਾਉਣੀਆਂ, ਤੂੰ ਤੇਰੀ ਆਕੜ ਨੇ ਖਾ ਲਈ। ਤੂੰ ਦੇਖ ਪੈਂਦੀਆਂ ਨੇ ਕਣੀਆਂ, ਤੂੰ ਦੇਖ ਪੈਂਦੀਆਂ ਨੇ ਕਣੀਆਂ, ਤੇ ਮੈਨੂੰ ਦੇਖਣ ਦੇ ਤੇਰਾ ਮੂੰਹ। ਨੀਲੇ ਨੀਲੇ ਸੂਟ ਵਾਲੀਏ, ਬੱਸ ਨੂੰ ਉਡੀਕਦੀਆਂ ਕਿਉਂ? ਕਾਕੇ ਨੇ ਆਪਣੀ 12ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਹੀ ਪੂਰੀ ਕੀਤੀ ਹੈ। 12ਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿੰਗਰ ਕਾਕੇ ਨੇ ਰਾਜਪੁਰਾ ਕਾਲਜ ਤੋਂ ਬੀਟੈਕ ਮਕੈਨੀਕਲ ਇੰਜੀਨੀਅਰ ਵਿੱਚ ਪੂਰੀ ਕੀਤੀ ਹੈ। ਕਾਲਜ ਦੀ ਪੜ੍ਹਾਈ ਦੇ ਦੌਰਾਨ ਕਾਕੇ ਨੇ ਆਪਣੇ ਗਾਉਣ ਦੇ ਸ਼ੌਂਕ ਨੂੰ ਵੀ ਜਾਰੀ ਰੱਖਿਆ। ਦੱਸਣਯੋਗ ਹੈ ਕਿ ਕਾਕੇ ਦੇ ਘਰ ਦੇ ਆਰਥਿਕ ਹਾਲਾਤ ਠੀਕ ਨਹੀਂ ਸੀ, ਜਿਸ ਕਰਕੇ ਉਹ ਪਹਿਲਾਂ ਕੋਈ ਵੀ ਗਾਣਾ ਰਿਲੀਜ਼ ਨਹੀਂ ਕਰ ਸਕੇ। ਕਾਲਜ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਕਾਕੇ ਨੇ ਇੱਕ ਜੌਬ ਕਰਨੀ ਸ਼ੁਰੂ ਕੀਤੀ ਅਤੇ ਕੁਝ ਪੈਸੇ ਇਕੱਠੇ ਕੀਤੇ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਆਪਣਾ ਪਹਿਲਾ ਗਾਣਾ ਸੂਰਮਾ ਰਿਲੀਜ਼ ਕੀਤਾ। ਦੱਸਣਯੋਗ ਹੈ ਕਿ ਇਸ ਗਾਣੇ ਨੂੰ ਲੋਕਾਂ ਵੱਲੋਂ ਪਸੰਦ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਸਾਲ 2020 ਵਿੱਚ ਕਾਕੇ ਨੇ ਕਹਿ ਲੈਣ ਦੇ ਗਾਣੇ ਨੂੰ ਰਿਲੀਜ਼ ਕੀਤਾ। ਇਸ ਗਾਣੇ ਨੇ ਕਾਕੇ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ। ਤੁਹਾਨੂੰ ਦੱਸ ਦਈਏ ਕਿ ਕਹਿ ਲੈਣ ਦੇ ਗਾਣੇ ਦੀ ਸਕਸੈਸ ਤੋਂ ਬਾਅਦ ਪੰਜਾਬੀ ਸਿੰਗਰ ਕਾਕੇ ਨੂੰ ਬਹੁਤ ਵੱਡੀਆਂ ਕੰਪਨੀਆਂ ਤੋਂ ਆਫਰ ਵੀ ਮਿਲ ਰਹੇ ਨੇ, ਲੇਕਿਨ ਕਾਕੇ ਨੇ ਇਹਨਾਂ ਸਾਰਿਆਂ ਆਫਰਾਂ ਨੂੰ ਰਿਜੈਕਟ ਕਰ ਦਿੱਤਾ ਹੈ। ਨਾਲ ਦੀ ਨਾਲ ਕਾਕੇ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਕੁਝ ਪੋਸਟਾਂ ਸ਼ੇਅਰ ਕਰਦਿਆਂ ਹੋਇਆਂ ਇਹਨਾਂ ਕੰਪਨੀਆਂ ਨੂੰ ਮੂੰਹ ਤੋੜ ਜਵਾਬ ਵੀ ਦਿੱਤਾ ਹੈ। ਲੜਿਆ ਨੂੰ ਜਦੋਂ ਖਾਸੀ ਦੇਰ ਹੋ ਗਈ, ਲਾਇਬ੍ਰੇਰੀ ਵਿੱਚ ਸੀ ਮਾਈਕ ਲੱਗਿਆ, ਭੁੱਲਣ ਵਾਲਾ ਨੀ ਕਿੱਸਾ ਯਾਦ ਹੀ ਆ ਤੈਨੂੰ, ਤੇਰੇ ਨਾਂ ਤੇ ਗਾਣਾ ਮੈਂ ਸੁਣਾਇਆ ਸੀ ਕਦੇ, ਆਸ਼ਿਕ ਪੁਰਾਣਾ ਤੇਰਾ ਉਹੀਆਂ ਨੀ ਮੈਂ, ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ, ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਹੈ, ਤੂੰ ਵੀ ਮੈਨੂੰ ਪਿਆਰ ਨਾ ਬੁਲਾਇਆ ਸੀ ਕਦੇ। ਦੋਸਤੋ, ਹਾਲੇ ਤੱਕ ਕਾਕੇ ਬਾਰੇ ਬਸ ਇੰਨੀ ਹੀ ਜਾਣਕਾਰੀ ਮਿਲੀ ਹੈ। ਜਿਵੇਂ ਕੋਈ ਹੋਰ ਜਾਣਕਾਰੀ ਮਿਲੂਗੀ ਅਸੀਂ ਦੂਜੀ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਦੋਸਤੋ, ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਿਓ। ਨਾਲ ਦੀ ਨਾਲ ਅਗਰ ਤੁਸੀਂ ਵੀ ਕਾਕੇ ਦੇ ਵੱਡੇ ਫੈਨ ਹੋ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਇਸ ਤੋਂ ਇਲਾਵਾ ਨਵੀਆਂ ਨਵੀਆਂ ਅਪਡੇਟਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।